ਬੀਤੇ ਦਿਨੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਦੇ ਮੌਕੇ ਗੁਰਦੁਆਰਾ ਬੌਲੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਗਤਾਂ ਦੂਰੋਂ ਦੂਰੋਂ ਨਤਮਸਤਕ ਹੋਈਆਂ ਜਿਨ੍ਹਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਡੀ ਟੀਮ ਨੇ ਬਾਬਾ ਜੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਸਮਾਗਮ ਬਾਰੇ ਜਾਣਕਾਰੀ ਦਿੱਤੀ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਕੁਝ ਝਲਕੀਆਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਮਾਜੀ, ਸਾਧ ਸੰਗਤ, ਗੁਰੂ ਪਿਆਰੇ ਖਾਲਸਾ ਜੀ, ਆਪ ਸੰਗਤਾਂ ਨੂੰ ਪਤਾ ਹੈ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦਾ ਸਾਲਾਨਾ ਬਰਸੀ ਦਾ ਸਮਾਗਮ ਪ੍ਰਾਰੰਭ ਹੈ, ਜੋ ਕਿ 27, 28, 29 ਅੱਜ ਭੋਗ ਪਾਏ ਗਏ ਨੇ 29 ਤਰੀਕ ਨੂੰ। ਸੋ ਪਵਿੱਤਰ ਸਥਾਨ ਬੌਲੀ ਸਾਹਿਬ, ਜੋ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ ਚਰਨ ਪਾਏ, ਧੰਨ ਧੰਨ ਬਾਬਾ ਹਜੂਰਾ ਸਿੰਘ ਜੀ, ਉਹਨਾਂ ਦੇ ਪ੍ਰਥਮ ਪਰਮ ਹਜੂਰੀ ਸੇਵਕ ਸੀ, ਅਤੇ ਉਹਨਾਂ ਤੋਂ ਵਰਸਾਏ ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਮਹਾਂਪੁਰਖਾਂ ਨੇ ਇਸ ਸਥਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕੀਤੀ, ਰੰਗ ਭਾਗ ਲਾਏ, ਜਪ ਤਪ ਕੀਤੇ, ਆਪ ਭਗਤੀ ਕੀਤੀ, ਹਰ ਇੱਕ ਆਏ ਪ੍ਰਾਣੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਬੌਲੀ ਸਾਹਿਬ ਵਿਖੇ
27, 28, 29 ਸ੍ਰੀ ਅਖੰਡ ਪਾਠ ਸਾਹਿਬ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਭੋਗ ਪਾਏ ਗਏ ਨੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਦੇ ਨਿਮਿੱਤ ਬਹੁਤ ਸੰਗਤਾਂ ਆ ਕੇ ਲਾਹਾ ਲੈਂਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਇਹ ਪਵਿੱਤਰ ਸਥਾਨ ਜੋ ਕਿ ਨਵੀਂ ਇਮਾਰਤ ਬਣ ਗਈ ਹੈ ਸਾਰਾ ਸਥਾਨ ਨਵਾਂ ਬਣਿਆ ਹੈ ਸੇਵਾ ਕਾਰ ਸੇਵਾ ਚੱਲ ਰਹੀ ਸੀ ਸੰਪੂਰਨ ਹੋਈ ਹੈ ਸੋ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਸੱਚਖੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਬਹੁਤ ਸੰਗਤਾਂ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਸੋ ਗੁਰ ਪਰਮੇਸ਼ਰ ਇੱਕੋ ਜਾਣ ਦੇ ਮਹਾਂਵਾਕ ਅਨੁਸਾਰ ਜਿੱਥੇ ਅਸੀਂ ਗੁਰੂ ਬਾਣੀ ਦੇ ਨਾਲ ਜੁੜੇ ਹਾਂ ਉੱਥੇ ਨਾਲ ਨਾਲ ਉਹਨਾਂ ਮਹਾਂਪੁਰਖਾਂ ਦਾ ਵੀ ਸਤਿਕਾਰ ਹੈ ਜਿਨ੍ਹਾਂ ਨੇ ਸਾਨੂੰ ਇਸ ਸੱਚ ਦੇ ਮਾਰਗ ਦੇ ਉੱਤੇ ਲਾਇਆ ਹੈ ਸਾਧ ਸੰਗਤ ਸੋ ਆਪ ਸੰਗਤਾਂ ਨੂੰ ਬਹੁਤ ਬਹੁਤ ਨਵੇਂ ਬਣੇ ਅਸਥਾਨ ਦੀਆਂ ਵਧਾਈਆਂ ਨੇ ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਸਾਡੇ ਮੁੱਖ ਸੇਵਾਦਾਰ ਬਾਬਾ ਜੀਵਾ ਸਿੰਘ ਜੀ ਉਹਨਾਂ ਦੇ ਨਾਲ ਮਿਲ ਕਰਕੇ ਸਮੂਹ ਸੰਗਤ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬਾਬਾ ਜੀ ਦੇ ਪਿਆਰ ਵਾਲੇ ਸੇਵਕਾਂ ਸੰਗੀਆਂ ਨੇ ਤਨ ਮਨ ਧਨ ਦੁਆਰਾ ਸੇਵਾ ਕੀਤੀ ਹੈ ਸੋ ਇਹੋ ਅਰਦਾਸ ਹੈ ਸਤਿਗੁਰਾਂ ਅੱਗੇ ਮਹਾਂਪੁਰਖਾਂ ਅੱਗੇ ਕਿ ਸੱਚੇ ਪਾਤਸ਼ਾਹ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਦੇ ਉੱਤੇ ਹਾਜ਼ਰੀਆਂ ਭਰਦੇ ਰਹਿਣ ਸੇਵਾ ਅਤੇ ਸਿਮਰਨ ਕਰਦੇ ਰਹਿਣ ਇਹੋ ਅਰਦਾਸ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੰਦਰ ਸਾਰੇ ਸਰੂਪ
ਸਾਰ ਸਿਆਣੇ ਸੁਹੇ ਮਹਲਾ ਪਹਿਲਾ ਕੌਣ ਤਰਾਜੀ ਕੌਣ ਤੁਲਾਦ ਕੌਣ ਸਰਾਪ ਬੁਲਾਵਾ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਆ ਤੇਰਾ ਅੰਤ ਨਾ ਜਾਣਾ ਗੁਜਰ ਤਲਮਾਇਲ ਭਾਗੁਰ ਲੀਨਾ ਤੂੰ ਆਪੇ ਸਭ ਸਮਾਨਾ ਰਹਾਉ ਮਨ Yeah.
Yeah.
ਬਾਬਾ
ਸਿੰਘ ਜੀ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਸਾਰੀ ਸੰਗਤ ਮਨਾ ਰਹੀ ਹੈ। ਮਹਾਂਪੁਰਖਾਂ ਨੇ ਇਸ ਸਥਾਨ ਤੇ ਤਪੱਸਿਆ ਕੀਤੀ, ਚਰਨ ਪਾਏ, ਰੰਗ ਭਾਵ ਲਾਏ, ਧੰਨ ਧੰਨ ਬਾਬਾ ਹਜੂਰਾ ਸਿੰਘ ਜੀ ਮਹਾਂਪੁਰ, ਬਾਬਾ ਨੰਦ ਸਿੰਘ ਜੀ ਦੇ ਪ੍ਰਥਮ ਪਰਮ ਹਜੂਰੀ ਸੇਵਕ, ਤੇ ਉਹਨਾਂ ਨੇ ਇਸ ਸਥਾਨ ਤੇ ਸੇਵਾ ਸੰਭਾਲੀ, ਤਪੱਸਿਆ ਕੀਤੀ, ਭਗਤੀ ਕੀਤੀ, ਨਾਮ ਜਪਿਆ ਤੇ ਜਪਾਇਆ, ਹਰ ਇੱਕ ਪ੍ਰਾਣੀ ਨੂੰ ਗੁਰਬਾਣੀ ਦੇ ਲੜ ਲਾਇਆ। ਐਸੇ ਮਹਾਂਪੁਰਖ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਸੰਗਤ ਦੇ ਵਿੱਚ ਗੁਰਮੁਖ ਪਿਆਰੇ ਬੈਠੇ ਵੀ ਨੇ, ਧੰਨ ਧੰਨ ਬਾਬਾ ਹਜੂਰਾ ਸਿੰਘ ਜੀ ਮਹਾਂਪੁਰਖਾਂ ਦੇ। ਐਸੇ ਨਿਮਰਤਾ ਤੇ ਪੁੰਜ ਸਾਦਗੀ ਦੇ ਸਰੂਪ ਬ੍ਰਹਮ ਗਿਆਨੀ ਮਹਾਨ ਤਪਸਵੀ ਕੀਤਾ ਸੀ, ਦੱਸਿਆ ਸੀ, ਉਸੇ ਤਰ੍ਹਾਂ ਹੀ ਸਾਰੀ ਉਸਾਰੀ ਦੁਬਾਰਾ ਹੋਈ। ਬੇਗਮਪੁਰਾ ਘੋੜਾ ਸਾਹਿਬ ਤੋਂ ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਤੇ ਇੱਕ ਸੇਵਾਦਾਰ ਗੁਰਸੇਵਕ ਸਿੰਘ ਤੇ ਭਾਈ ਜੀਵਾ ਸਿੰਘ, ਉਦੋਂ ਗੱਡੀ ਘੋੜਾ ਸਾਹਿਬ ਇੱਕ ਐਂਬੂਲੈਂਸ ਕਿਸੇ ਨੇ ਦਾਨ ਕੀਤੀ ਸੀ ਤਾਂ ਉਸ ਦੇ ਵਿੱਚ ਬੈਠ ਕੇ ਬਾਬਾ ਜੀ ਤੇ ਭਾਈ ਜੀਵਾ ਸਿੰਘ, ਗੁਰਸੇਵਕ ਸਿੰਘ ਇੱਥੇ ਪਹੁੰਚੇ ਗੌਰੀ ਸਾਹਿਬ। ਹੋਰ ਕੋਈ ਸੇਵਾਦਾਰ ਨਾਲ ਨਹੀਂ ਸੀ, ਸਿਰਫ ਦਿੱਲੇ ਜਾ ਤਾਂ ਬਾਬਾ ਜੀ ਨੇ ਜਿਵੇਂ ਜਿਵੇਂ ਭਾਈ ਜੀਵਾ ਸਿੰਘ ਜੀ ਨੇ ਦੱਸਿਆ ਕਿ ਬਾਬਾ ਜੀ ਇੱਥੇ ਆਏ, ਸਾਰੇ ਸਥਾਨ ਤੇ ਚਰਨ ਪਾਏ ਤੇ ਨਾਲ ਨਾਲ ਦੱਸਦੇ ਜਾਣ ਇਸ ਤਰ੍ਹਾਂ ਬਣਾਉਣਾ, ਇੱਧਰੋਂ ਇਸ ਤਰ੍ਹਾਂ ਬਣਨਾ, ਇੱਧਰੋਂ ਇਸ ਤਰ੍ਹਾਂ ਬਣਨਾ। ਉਹ ਸਾਰਾ ਬਹੁਤ ਸਮਾਂ ਪਹਿਲਾਂ ਸਮਝਾ ਕੇ ਗਏ। ਸਮਾਂ ਆਉਣ ਦੇ ਨਾਲ ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਦੇਣੀ ਪੈਂਦੀ ਕਿ ਸਤਿਗੁਰੂ ਜਿਵੇਂ ਆਖਦੇ ਨੇ ਨਾ, ਸੁੰਦਰ ਸਵਾਮੀ ਧਾਮ ਭਗਤਾ ਵਿਸਰਾਮ ਆਸਾ ਲੰਘ ਜੀਵ ਦੇ ਜੀਵ। ਸਤਿਗੁਰੂ ਵਿਸਰਾਮ ਕਰਦੇ ਨੇ, ਵਾਸਾ ਕਰਦੇ ਨੇ, ਸੋਹਣਾ ਸੱਚਖੰਡ ਤਿਆਰ ਹੋਇਆ, ਸਤਿਗੁਰ ਵਿਰਾਜਮਾਨ ਹੋਏ ਨੇ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਸੋ ਅੱਜ ਬਹੁਤ ਹੀ ਖੁਸ਼ੀਆਂ ਦਾ ਸਮਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜਦੋਂ ਸਤਿਗੁਰੂ ਮਿਹਰ ਦੀ ਨਜ਼ਰ ਕਰਦੇ ਨੇ, ਸੇਵਕਾਂ ਨੂੰ ਖੁਸ਼ੀਆਂ ਪਾਤਸ਼ਾਹੀਆਂ ਬਖਸ਼ ਦਿੰਦੇ ਨੇ। ਸੋ ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਮਹਾਂਪੁਰ, ਫਿਰ ਉਹਨਾਂ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ, ਭਗਤੀ ਕੀਤੀ, ਰੰਗ ਭਾਗ ਲਾਏ, ਹਰ ਇੱਕ ਪ੍ਰਾਣੀ ਨੂੰ ਆਏ ਨੂੰ ਗੁਰਬਾਣੀ ਦੇ ਨਾਲ ਜੋੜਨਾ ਕੀਤਾ। ਉਹਨਾਂ ਦਾ ਵੀ ਉਹੀ ਉਪਦੇਸ਼ ਸੀ ਜੋ ਧੰਨ ਧੰਨ ਬਾਬਾ ਨੰਦ ਸਿੰਘ ਜੀ ਦਾ, ਧੰਨ ਧੰਨ ਬਾਬਾ ਹਜੂਰਾ ਸਿੰਘ ਜੀ ਦਾ ਉਹ ਉਪਦੇਸ਼ ਅੱਗੇ ਵਰਤਾਉਣਾ ਕੀਤਾ ਮਹਾਂਪੁਰਖਾਂ ਨੇ। ਉਹ ਕਿਹੜਾ ਉਪਦੇਸ਼ ਸੀ? ਕੋਈ ਵੱਖਰਾ ਨਹੀਂ, ਉਹ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਦੇ ਉੱਤੇ ਕਿਰਪਾ ਕੀਤੀ ਹੋਈ ਹੈ ਨਾ, ਉਸੇ ਉਪਦੇਸ਼ ਨੂੰ ਹੀ ਮਹਾਂਪੁਰਖ ਵਰਤਾਉਂਦੇ ਨੇ ਸੰਗਤਾਂ ਦੇ ਵਿੱਚ ਸਮੇਂ ਸਮੇਂ ਦੇ ਨਾਲ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ, ਕਿਰਤ ਕਰੋ ਵੰਡ ਛਕੋ, ਸਿਮਰੋ ਨਾਮ ਹਮੇਸ਼, ਸਤਿਗੁਰੂ ਨਾਨਕ ਦਾ ਇਹੋ ਹੈ ਉਪਦੇਸ਼। ਕਿਰਤ ਕਰਕੇ ਵੰਡ ਕੇ ਛਕਣਾ ਤੇ ਨਾਮ ਜਪਣਾ। ਸੋ ਸਾਧ ਸੰਗਤ ਆਪ ਸੰਗਤਾਂ ਨੇ ਬਹੁਤ ਪ੍ਰੇਮ ਤੇ ਸ਼ਰਧਾ ਦੇ ਨਾਲ ਇਸ ਸਥਾਨ ਤੇ ਆਪਣੀ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢਿਆ, ਸੇਵਾ ਤੇ ਸਿਮਰਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੰਦਰ ਜਾਮੀ ਨੇ ਚੜ੍ਹਦੀਆਂ ਕਲਾ ਬਖਸ਼ਣ, ਇਸੇ ਤਰ੍ਹਾਂ ਹੀ ਸੰਗਤਾਂ ਨੂੰ ਕਾਲ ਸੇਵਾ ਦੇ ਵਿੱਚ ਆਪਣੀ ਦੇ ਲਾਈ ਰੱਖਣ, ਕਬੀਰ ਸੇਵਾ ਗੋਇ
संत एक राम राम जो दाता मुक्त को संत जवाबे ना सो साध संगत सारे लागी सिंगा ने भी हाजरी पर दी है आओ सारे ने जिवे जिवे भी समा मिलता जावे हाजरी पर दे जाओ ते सतगुरु दी खुशियां प्राप्त करते जाओ बुलाओ फते वाहेगुरु जी का